ਇਧਰੋਂ ਕਿਸੇ ਨੇ ਮੈਨੂੰ ਬਾਜ ਮਾਰੀ ਓਏ ਮਾਨਕਾ ਮੈਨੂੰ ਬੜਾ ਸਵਾਦ ਆਇਆ ਮੈਨੂੰ ਐ ਲੱਗਿਆ ਜਿਵੇਂ ਬਠਿੰਡੇ ਬੈਠੇ ਹੁੰਦੇ ਮੈਂ ਉਹ ਸੱਜਣ ਦਾ ਬਹੁਤ ਬਹੁਤ ਧੰਨਵਾਦ ਕਰਾਂ ਜਿਹਨੇ ਓਏ ਮਾਨਕਾ ਕਹਿ ਕੇ ਬੁਲਾਇਆ ਇਹਦੇ 'ਚ ਵੀ ਪਿਆਰ ਹੈ ਤੇ ਉਹਦੇ 'ਚ ਵੀ ਪਿਆਰ ਹੈ ਉਹ ਨਕਲੀ ਪਿਆਰ ਆ ਹੋਰ ਮਾਨਕ ਜੀ ਕੀ ਕਰਦੇ ਹੋ ਕਿੱਥੇ ਆ ਘਰੇ ਆਉਂਗੇ ਜੀ ਲੋ ਪੇਸ਼ ਕੇ ਲਗਾ ਲੋਕਾਂ ਨੇ ਮੇਲੇ ਦੇ ਵਿਰੁੱਧ ਵੀ ਮੇਲੇ ਲਾਏ ਮੈਂ ਇੱਥੋਂ ਰਿਹਾ ਨਹੀਂ ਜਾਂਦਾ ਗੱਲ ਕੀਤੇ ਬਗੈਰ ਨਾ ਮੈਂ ਕਿਸੇ ਤੋਂ ਡਰਾਂ ਤਾਂ ਕਹਿਣ ਲੱਗਾ ਗੀਤ ਆਪੇ ਹੀ ਸੁਣ ਲਿਓ ਤੇ ਆਪੇ ਹੀ ਇਹਦਾ ਅਰਥ ਕੱਢ ਲਓ ਫੜ ਮਾਰਨੀ ਤੇ ਪਿੱਠ ਪਿੱਛੇ ਕੱਢਣੀ ਹੈ ਬੜੀ ਸੌਖੀ ਗੱਲ ਮਿੱਤਰੋ ਪਤਾ ਲੱਗ ਜਾਂਦਾ ਜਦੋਂ ਹੱਥ ਜੁੜਦੇ ਬੇਗਾਨੇ ਪੁੱਤ ਨਾਲ ਮਿੱਤਰੋ ਗੱਲ ਹੋ ਰਹਾ ਜਦੋਂ ਮੇਰੀਆਂ ਧੀਆਂ ਭੈਣਾਂ ਮੇਰੀਆਂ ਵੱਡੀਆਂ ਭੈਣਾਂ ਇਨਾਮ ਦੇ ਕੇ ਜਾਂਦੀਆਂ ਮੇਰੀ 10 ਸਾਲ ਦੀ ਉਮਰ ਵੱਧ ਜਾਂਦੀ ਹੈ ਉਹ ਤੁਸੀਂ ਪੁੱਛੋਗੇ ਕਿਉਂ ਤੁਸੀਂ ਪੁੱਛੋਗੇ ਕਿਉਂ ਵੀ ਜਦੋਂ ਭੈਣਾਂ ਨਾਮ ਦਿੰਦੀਆਂ ਬੀਬੀਆਂ ਨਾਮ ਦਿੰਦੀਆਂ ਮਾਵਾਂ ਨਾਮ ਦਿੰਦੀਆਂ ਮੇਰੀ ਉਮਰ ਕਿਉਂ ਵੱਧਦੀ ਹੈ ਉਹ ਇਸ ਕਰਕੇ ਕਿ ਮੈਂ ਲੋਕਾਂ ਦਾ ਕਲਾਕਾਰ ਹਾਂ ਨਾ ਮੈਂ ਟੀਵੀ ਦਾ ਕਲਾਕਾਰ ਹਾਂ ਨਾ ਮੈਨੂੰ ਟੀਵੀ ਹੋਈ ਆ ਅਤੇ ਨਾ ਮੈਂ ਰੇਡੀਓ ਦਾ ਕਲਾਕਾਰ ਹਾਂ ਮੈਂ ਤੁਹਾਡਾ ਕਲਾਕਾਰ ਹਾਂ ਦੇਸੀ ਭਰਾਵਾਂ ਦਾ ਇਸੇ ਕਰਕੇ 8 ਸਾਲ ਹੋ ਗਏ ਭਾਵੇਂ ਬਿਮਾਰ ਹੋਵਾਂ ਚਾਹੇ ਕੁਛ ਵੀ ਹੋਵੇ ਮੈਂ ਤੁਹਾਡੇ ਕੋਲ ਪਹੁੰਚਦਾ ਬਹੁਤ ਮਿਹਰਬਾਨੀ ਥੈਂਕ ਯੂ ਮੈਂ ਦੱਸਣਾ ਨੀ ਕਿੱਥੇ ਲੋ ਧਿਆਨ ਦੇ ਕਈ ਤੀਕ ਗੁਆਂਢੀਆਂ ਤੇ ਖੇਡਦੇ ਜਦੋਂ ਕੱਲ ਪੈਂਦੀ ਡਾਂਗ ਬੂਆ ਫੇੜਦੇ ਖਿੱਚ ਲੈਂਦੇ ਨੇ ਬੇਗਾਨੇ ਪੁੱਤ ਅੰਦਰੋਂ ਜੋ ਮੱਖਣ ਤਵਾਲ ਮਿੱਤਰੋ ਚੱਲ ਬਾਈ ਚੱਲਦੇ ਦੇਖੀ ਜਾਓ ਚੰਮੇ ਨਾਲ ਪੈਂਦੀਆਂ
पड़दे केड़े लहू ने लहू दे उत्ते ढोलदे की उन्हां दी मिसाल मित्रो पता लग जांदा जदों हाथ जुड़दे बेगाने पुत नाल मित्रो हाय पता लग जांदा जदों हाथ जुड़दे बेगाने पुत।